ਵੈਲਕਮ ਟੂ ਮਾਈ ਚੈਨਲ ਪੰਜਾਬੀ ਕੈਨੇਡੀਅਨ ਰਸੋਈ। ਅੱਜ ਆਪਾਂ ਤੁਹਾਨੂੰ ਐਗਲੈਸ ਵਨੀਲਾ ਕੇਕ ਬਣਾਉਣਾ ਸਿਖਾਵਾਂਗੇ। ਇਹ ਕਿਵੇਂ ਬਣਦਾ, ਇਹ ਬਹੁਤ ਸੌਖਾ। ਅਤੇ ਤੁਸੀਂ ਮੇਰੀ ਵੀਡੀਓ ਲਾਈਕ ਕਰਿਓ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇਸ ਦੇ ਲਈ ਆਪਾਂ ਨੂੰ ਕੀ ਚਾਹੀਦਾ, ਵਨੀਲਾ ਕੇਕ ਮਿਕਸ ਇਹ ਸਟੋਰੋਂ ਮਿਲ ਜਾਂਦਾ। ਅਤੇ ਇਸ ਨੂੰ ਆਪਾਂ ਇੱਕ ਬਾਊਲ ਲਵਾਂਗੇ ਅਤੇ ਉਸਦੇ ਵਿੱਚ ਆਪਾਂ ਇਹਨੂੰ ਪਾ ਲਾਂਗੇ ਪੂਰਾ ਪੈਕ। ਆਪਾਂ 3 ਚਮਚ ਦੇ ਹਿਸਾਬ ਨਾਲ ਵੈਜੀਟੇਬਲ ਓਇਲ ਲਿਆ ਅਤੇ ਇਸਨੂੰ ਆਪਾਂ ਵਿੱਚ ਮਿਕਸ ਕਰ ਲਿਆ। ਅਤੇ ਆਪਾਂ ਅੱਧੇ ਕੱਪ ਦੇ ਹਿਸਾਬ ਨਾਲ ਪਾਣੀ ਲੈ ਲੈਣਾ ਅਤੇ ਇਸਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈਣਾ। ਇਸ ਨੂੰ ਘੋਲਣ ਲਈ ਆਪਾਂ ਘੋਟਣੀ ਵੀ ਲੈ ਸਕਦੇ ਹਾਂ ਅਤੇ ਤੁਸੀਂ ਮਿਕਸਰ ਵੀ ਲੈ ਸਕਦੇ ਹਾਂ। ਇਸਨੂੰ ਚੰਗੀ ਤਰ੍ਹਾਂ ਘੋਟਣਾ, ਕੋਈ ਜਿਹੜੀ ਗੰਢ ਨਾ ਵਿੱਚ ਰਹੇ। ਇਹ ਹੁਣ ਮਿਕਸ ਹੋ ਚੁੱਕਿਆ ਅਤੇ ਇਸ ਦੇ ਲਈ ਆਪਾਂ ਇੱਕ ਕੇਕ ਪੈਨ ਲਵਾਂਗੇ ਅਤੇ ਉਸ ਨੂੰ ਗਰੀਸ ਕਰਾਂਗੇ ਸਾਰਾ ਆਲੇ ਦੁਆਲਿਓਂ ਵੀ। ਹੁਣ ਆਪਾਂ ਕੇਕ ਬੈਟਰ ਨੂੰ ਪੈਨ ਦੇ ਵਿੱਚ ਐਡ ਕਰਾਂਗੇ। ਹੁਣ ਆਪਾਂ ਚੰਗੀ ਤਰ੍ਹਾਂ ਸਪਰੈਡ ਕਰ ਲਾਂਗੇ ਇਸ ਨੂੰ। ਡਿਗਰੀ 'ਤੇ ਆਪਾਂ ਇਸ ਨੂੰ ਓਵਨ ਦੇ ਵਿੱਚ ਬੇਕ ਕਰਨ ਲਈ ਰੱਖਾਂਗੇ। ਇਸ ਨੂੰ 30 ਤੋਂ 35 ਮਿੰਟ ਤੱਕ ਆਪਾਂ ਬੇਕ ਕਰਾਂਗੇ। ਆਪਣੇ 30 ਮਿੰਟ ਹੋ ਚੁੱਕੇ ਨੇ ਅਤੇ ਇਸ ਨੂੰ ਆਪਾਂ ਬਾਹਰ ਕੱਢਾਂਗੇ ਅਤੇ ਬਾਹਰ ਕੱਢ ਕੇ ਇਸ ਨੂੰ 10 ਮਿੰਟ ਠੰਡਾ ਕਰਨ ਲਈ ਰੱਖਾਂਗੇ। ਵੈਸੇ ਤਾਂ ਆਪਾਂ ਗਰੀਸ ਕੀਤਾ ਹੋਇਆ ਆਲਰੇਡੀ, ਪਰ ਤੁਸੀਂ ਫਿਰ ਵੀ ਨਾਈਫ ਦੇ ਨਾਲ ਆਲੇ ਦੁਆਲੇ ਇਸ ਨੂੰ ਥੋੜ੍ਹਾ ਥੋੜ੍ਹਾ ਕੱਢ ਸਕਦੇ ਹੋ। ਆਪਾਂ ਕੇਕ ਦਾ ਪਾਸਾ ਚੇਂਜ ਕਰ ਦਿੱਤਾ। ਹੁਣ ਆਪਾਂ ਕੇਕ ਨੂੰ ਆਈਸਿੰਗ ਕਰਾਂਗੇ ਚੰਗੀ ਤਰ੍ਹਾਂ ਆਲੇ ਦੁਆਲਿਓਂ, ਬਿਲਕੁਲ ਪੂਰੀ ਐਨ ਕਵਰ ਕਰ ਦੇਣਾ ਅਤੇ ਸਟੋਰ ਤੋਂ ਮਿਲ ਜਾਂਦੀ। ਇਸ ਦੇ ਉੱਪਰ ਕੁਛ ਵੀ ਲਗਾ ਸਕਦੇ ਹੋ ਆਪਣੀ ਮਰਜ਼ੀ ਨਾਲ। ਮੈਂ ਇਸ ਦੇ ਉੱਪਰ ਸਪਰਿੰਕਲ ਲਗਾਏ ਆ। ਆਪਣਾ ਐਗਲੈਸ ਵਨੀਲਾ ਕੇਕ ਬਣ ਕੇ ਰੈਡੀ ਆ ਅਤੇ ਤੁਸੀਂ ਇੰਜੋਏ ਕਰਿਓ। ਆਪਾਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੀ ਵੀਡੀਓਜ਼ ਵਧੀਆ ਵਧੀਆ ਲੈ ਕੇ ਆਵਾਂਗੇ ਅਤੇ ਤੁਸੀਂ ਮੇਰੀ ਵੀਡੀਓ ਲਾਈਕ ਕਰਿਓ, ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।